ਤੁਹਾਡੀ ਕਿੰਨੀ ਉਮਰ ਸੀ ਰੋਜ਼ ਉੱਠ ਕੇ ਆਏ ਜੀ? ਮੈਂ 8 ਸਾਲਾਂ ਦਾ ਸੀ ਉਦਾਂ ਦਿਨ ਵਿਆਹ ਹੋਇਆ ਸੀ। ਵਿਆਹ ਉੱਥੇ ਬੱਚੀ ਹੋਈ ਹੈ ਮੇਰੀ। ਪਿੰਡ ਵਿੱਚ ਮੰਨ ਲਓ ਵੀ ਤੁਹਾਨੂੰ ਰੋਲਾ ਪਿਆ ਸੀ, ਲਾਲਾ ਮਾਰਦੇ ਸੀ ਇੱਕ ਦੂਜੇ ਨੂੰ, ਬੇਬਹਾ ਮਾਰਦੇ ਸੀਗੇ। ਕੌਣ ਸਿੱਖ ਮਾਰਦੇ ਸੀ? ਮੁਸਲਮਾਨਾਂ ਨੂੰ ਵੀ ਮਾਰਦੇ ਸੀਗੇ, ਮੁਸਲਮਾਨ ਵੀ ਮਾਰਦੇ ਸੀ। ਮੇਰੀਆਂ ਧੀਆਂ ਮਰੀਆਂ ਉੱਥੇ, ਫਿਰ ਇੱਕ ਤਾਂ ਧੀ ਮਰੀ, ਭੈਣ ਮਰੀ। ਸਾਡਾ ਜਿਹੜਾ ਪਿੰਡ ਸੀਗਾ ਉੱਥੇ ਬਾਹਰ ਸਰੇਠ ਉਹਨਾਂ ਨੇ ਬੰਦੇ ਮਾਰੇ ਸੀਗੇ। ਪੰਜਾਬੀ ਦਾ ਸਾਂਝਾ ਸਾਂਝ ਪੰਜਾਬੀਆਂ ਪ੍ਰੋਮ ਇੱਕ ਵਾਰ ਫਿਰ ਆਪਣੇ 200 ਚੱਕ ਵਿੱਚ ਬੈਠੇ ਹਾਂ, ਬਜ਼ੁਰਗਾਂ ਨਾਲ ਗੱਲਬਾਤ ਕਰ ਰਹੇ ਹਾਂ ਜਿਹੜੇ ਉੱਧਰੋਂ ਉੱਜੜ ਕੇ ਆਏ, ਇਸ ਪਿੰਡ ਵਿੱਚ ਵੱਸ ਰਹੇ ਆ ਅਤੇ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹਾਂ। ਬਜ਼ੁਰਗੋ ਪਹਿਲਾਂ ਆਪਣਾ ਨਾਂ ਦੱਸੋ, ਨਾਂ ਕੀ ਆ ਤੁਹਾਡਾ? ਨਾਂ ਕੀ ਆ? ਰਹਿਮਤ ਅਲੀ। ਰਹਿਮਤ ਅਲੀ, ਅਤੇ ਬਜ਼ੁਰਗਾਂ ਦਾ ਕੀ ਨਾਂ ਤੁਹਾਡੇ ਬਾਪ ਦਾ? ਮੇਰੇ ਬਾਪ ਦਾ ਨਿੱਥੂ। ਨਿੱਥੂ, ਨੱਥੂ ਕਿ ਨੇਥੂ? ਨਿੱਥੂ, ਨਿੱਥੂ, ਨਿੱਥੂ। ਅੱਛਾ, ਨੱਥੂ। ਅੱਛਾ, ਕਿਹੜਾ ਪਿੰਡ ਸੀ ਤੁਹਾਡਾ ਚੜ੍ਹਦੇ ਪੰਜਾਬ 'ਚ? ਹਿੰਦੁਸਤਾਨ 'ਚ। ਹਾਂਜੀ, ਸਾਡਾ ਹਾਂਜੀ ਮੈਨਮਾ ਪਿੰਡ ਸੀ। ਮੈਨਮਾ? ਮੈਨਮਾ। ਕਿਹੜਾ ਜ਼ਿਲ੍ਹਾ ਸੀ? ਨੂਰਪੁਰ, ਮੈਨਮਾ ਜਲੰਧਰ ਦਾ ਜ਼ਿਲ੍ਹਾ ਸੀਗਾ। ਨੂਰਪੁਰ ਵਿੱਚ? ਨੂਰਪੁਰ ਬੇਦੀ ਲਾਗੇ? ਨਹੀਂ, ਨੂਰਪੁਰ ਤੇ ਮੈਨਮਾ ਲਾਗੇ ਲਾਗੇ ਸੀ, ਜਿੱਦਾਂ ਇੱਥੇ ਹੁਣ ਆ 202 ਆ। ਅੱਛਾ, ਨੜਨਮਾ ਇੱਦਾਂ ਸੀਗਾ। ਤੁਸੀਂ ਨੂਰਪੁਰ ਦੇ ਆ ਜਾਂ ਜਲੰਧਰ ਲਾਗੇ ਨੂਰਪੁਰ ਸੀ? ਅਸੀਂ ਹੈਗੇ ਮੈਨਮਾ ਦੇ, ਪਤਾ ਲੱਗਿਆ ਇਸ ਗੱਲ ਦਾ। ਧੋਗੜੀ ਕਹਿੰਦਾ। ਹੋਰ ਪਿੰਡ ਕਿਹੜੇ ਕਿਹੜੇ ਸੀ ਲਾਗੇ? ਹੋਰ ਪਿੰਡ? ਹਾਂਜੀ, ਨੂਰਪੁਰ, ਮੈਨਮਾ ਤੋਂ ਆਖੇ ਬੁਲਾਵਾ, ਇਹ ਸਾਰੇ ਪਿੰਡ ਲਾਗੇ ਲਾਗੇ ਸੀਗੇ। ਅੱਛਾ ਅੱਛਾ ਜੀ, ਤੇ ਨੂਰਪੁਰ ਤੋਂ ਲਾਗੇ ਮੈਂ ਜ਼ਿਲ੍ਹਾ ਜਲੰਧਰ ਜਿਹੜਾ? ਜ਼ਿਲ੍ਹਾ ਜਲੰਧਰ ਸੀਗਾ, ਪਰ ਉੱਥੋਂ 8-9 ਮੀਲ। ਅੱਛਾ, ਉੱਥੋਂ 8-9 ਮੀਲ ਸੀ? ਹਾਂ, ਅਤੇ ਕਰਪੂਰਲਾ ਸ਼ਹਿਰ ਜਿਹੜਾ ਸੀਗਾ ਉਹ ਸੀਗਾ ਉੱਥੋਂ 17 ਮੀਲ, 2 ਮੀਲ। ਜਿਹੜਾ ਕਰਪੂਰਲਾ ਸੀਗਾ, ਹਾਂਜੀ, ਉਹ ਜ਼ਿਲ੍ਹਾ ਜਲੰਧਰ ਸੀ, ਜਿਹੜਾ ਕਰਪੂਰਲਾ ਸੀ, ਸਾਰੇ ਕੰਮ ਉੱਥੇ ਹੋਈ ਜਾਂਦੇ ਸੀ, ਜਲੰਧਰ ਜਾਣਾ ਨਹੀਂ ਸੀ ਪਿੰਡ। ਕਪੂਰਥਲਾ ਰਿਆਸਤ ਸੀ ਨਾ ਉਦੋਂ ਰਾਜੇ ਦੀ? ਹਾਂ। ਤੁਹਾਡੀ ਕਿੰਨੀ ਉਮਰ ਸੀ ਉਦੋਂ ਉੱਠ ਕੇ ਆਏ? ਮੈਂ ਉਦੋਂ 38 ਸਾਲਾਂ ਦਾ ਸੀ ਉਦਾਂ ਦਿਨ ਵਿਆਹ ਹੋਇਆ ਸੀ। ਵਿਆਹ ਉੱਥੇ ਬੱਚੀ ਹੋਈ ਹੈ ਮੇਰੀ। ਅੱਛਾ, ਬੱਚੀ ਰਾਜ ਮਰ ਗਈ ਸੀ? ਅੱਛਾ ਅੱਛਾ, ਉਹਦੇ ਉੱਤੇ। ਅੱਛਾ, ਇੱਧਰ ਆ ਕੇ ਬੱਚੇ ਹੋਏ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਹੁਣ ਵੀ ਹਿੰਦੁਸਤਾਨ ਤੇ ਪਾਕਿਸਤਾਨ ਬਣ ਗਿਆ? ਤੇ ਪਿੰਡ ਵਿੱਚ ਮੰਨ ਲਓ ਵੀ ਤੁਹਾਨੂੰ ਉਹਨਾਂ ਦਾ ਰੌਲਾ ਪਿਆ ਸੀ, ਲਾਲਾ ਮਾਰਦੇ ਸੀ ਇੱਕ ਦੂਜੇ ਨੂੰ, ਬੇਬਹਾ ਮਾਰਦੇ ਸੀਗੇ। ਕੌਣ ਸਿੱਖ ਮਾਰਦੇ ਸੀ? ਮੁਸਲਮਾਨਾਂ ਨੂੰ ਵੀ ਮਾਰਦੇ ਸੀਗੇ, ਮੁਸਲਮਾਨ ਵੀ ਮਾਰਦੇ ਸੀ। ਮੁਸਲਮਾਨ ਤੇ ਇੰਨਾ ਹੌਸਲਾ ਨਹੀਂ ਜਿੰਨਾ ਸਿੱਖਾਂ ਸੀਗਾ। ਇਹ ਮਤਲਬ ਦੋਨੇ ਪਾਸੇ ਕੰਮ ਚੱਲਿਆ। ਉਹਨਾਂ ਉਹ ਘੋੜੀਆਂ ਤੇ ਚੜ੍ਹ ਕੇ ਬੰਦੇ ਮਾਰਦੇ ਸੀਗੇ ਉਹਦੇ ਕਿਰਪਾਨ ਨਾਲ। ਤੇ ਤੁਸੀਂ ਜਦੋਂ ਪਿੰਡੋਂ ਤੁਸੀਂ ਉਜੜੇ ਆ, ਤੇ ਕਿੱਥੇ ਆਣ ਕੇ ਬੈਠੇ ਪਹਿਲਾਂ? ਅਸੀਂ ਕਈ ਥਾਈਂ ਬੈਠੇ ਸੀ ਰਾਹ 'ਚ। ਕਿਹੜੇ ਕਿਹੜੇ ਕੈਂਪ 'ਚ ਬੈਠੇ? ਕਈ ਕੈਂਪ ਸੀਗੇ, 2-3 ਕਿਹੜੇ ਯਾਦ ਰਹੇ ਆ। ਤੁਹਾਡੇ ਪਰਿਵਾਰ ਦੇ ਕਿਸੇ ਚੀਜ਼ ਦਾ ਨੁਕਸਾਨ ਹੋਇਆ? ਤੁਹਾਡੇ ਪਰਿਵਾਰ ਦਾ ਕਿਸੇ ਦੀ ਫੌਤ ਹੋਈ ਉਧਰ? ਕਿਹਦੀ? ਜ਼ਮੀਨ ਨਹੀਂ, ਜ਼ਮੀਨ ਕਿਸੇ ਦੀ ਮੌਤ ਹੋਈ ਉੱਥੇ ਲੜਾਈ 'ਚ? ਉਧਰ ਉਧਰ ਤਾਂ 30 ਸਾਲ ਦੀ ਹੋਈ ਹੈ ਜੀ। ਤੁਹਾਡੇ ਪਰਿਵਾਰ ਦੀ ਕਿਸੇ ਦੀ ਮੌਤ ਹੋਈ ਉੱਥੇ? ਮੇਰੀ ਮਾਈ, ਮੇਰੀ ਭੈਣ, ਮੇਰੀਆਂ ਧੀਆਂ ਮਰੀਆਂ ਉੱਥੇ, ਫਿਰ ਇੱਕ ਤਾਂ ਧੀ ਮਰੀ, ਭੈਣ ਮਰੀ, ਭੈਣ ਮਰੀ, ਹਾਂ ਤੇ ਮਾਈ ਮਰੀ। ਤੁਸੀਂ ਦੇਖਿਆ ਉਹਨਾਂ ਨੂੰ ਆਪਣੇ ਕਿਹਨਾਂ ਨੇ ਮਾਰਿਆ? ਉਹ ਮਰੀ, ਉਹਨਾਂ ਨਹੀਂ ਮਾਰਿਆ, ਉਹ ਅੱਲਾ ਵੱਲੋਂ ਮਰੀ ਆ। ਅੱਛਾ, ਅੱਲਾ ਵੱਲੋਂ ਮਰੀ? ਅੱਛਾ, ਹਾਂ, ਉਹਨਾਂ ਨੇ ਮਾਰਿਆ। ਉਹਨਾਂ ਨੇ ਉੱਦਾਂ ਸਾਡਾ ਜਿਹੜਾ ਪਿੰਡ ਸੀਗਾ ਉੱਥੇ ਬਾਹਰ ਸਰੇਠ ਉਹਨਾਂ ਨੇ ਬੰਦੇ ਮਾਰੇ ਸੀਗੇ ਸਿੱਖਾਂ ਨੇ। ਹਾਂ, ਸਿੱਖਾਂ ਨੇ।
ਕੋਈ ਮਸਲਾ ਨਹੀਂ ਸੀ ਕਿਸੇ ਕੰਮ ਦਾ, ਇਕੱਠੇ ਖੇਡਣਾ, ਇਕੱਠੇ ਜ਼ਮੀਨਾਂ ਵਾਹੁਣੀਆਂ, ਖੇਤੀਆਂ ਕਰਨੀਆਂ, ਤੇ ਇੱਕਦਮ ਹਵਾ ਫੈਲੀ ਵੀ ਹਿੰਦੁਸਤਾਨ ਬਣ ਗਿਆ, ਪਾਕਿਸਤਾਨ ਬਣ ਗਿਆ। ਇੱਕ ਤਾਂ ਕੰਨ ਨਹੀਂ ਮੇਰੇ ਪੱਧਰੇ, ਕੰਨ ਜਿਹੜੇ ਨੇ ਸੁਣਦੇ ਨੇ। ਹਾਂਜੀ ਹਾਂਜੀ ਹਾਂਜੀ, ਕੋਈ ਗੱਲ ਨਹੀਂ, ਜਿੰਨੀ ਤੁਸੀਂ ਗੱਲ ਕਰ ਸਕਦੇ ਹਾਂ ਸਮਝਦੇ ਹਾਂ, ਮੈਨੂੰ ਦੁਬਾਰਾ ਪੁੱਛ ਸਕਦੇ ਤੁਸੀਂ, ਮਤਲਬ ਵੀ ਆਹ ਗੱਲ ਮੈਨੂੰ ਨਹੀਂ ਪਤਾ ਲੱਗਾ। ਅੱਛਾ ਹਾਂਜੀ, ਤੇ ਹੋਰ ਤੁਸੀਂ ਕੀ ਦੇਖਿਆ ਜਦੋਂ ਉਧਰੋਂ ਆਪਣੇ ਪਿੰਡੋਂ ਤੁਰੇ ਆ? ਕੁਛ ਵੀ ਨਹੀਂ ਦੇਖਿਆ ਅਸੀਂ, ਅਸੀਂ ਦੇਖੀ ਵੱਡ ਮਾਰੀ ਦੇਖੀ ਹੈ, ਛੱਤੀ ਚ ਰਹੇ ਹਾਂ ਛੱਤੀ ਤੇ ਲੂਣੀ ਲੱਗ ਗਏ। ਅੱਛਾ, ਜਦੋਂ ਇਸ ਪਿੰਡ ਤੁਸੀਂ ਆਏ ਤੇ ਕੀ ਹਾਲਾਤ ਦੇਖੇ ਪਿੰਡ ਦੇ? ਕੋਈ ਹਾਲ ਨਹੀਂ ਸੀ ਇੱਥੇ, ਇੱਥੇ ਹਾਲ ਕੋਈ ਨਹੀਂ। ਮੈਨੂੰ ਪਤਾ ਲੱਗਾ ਵੀ ਨਾਗ ਦੇ ਪਿੰਡ ਆਏ ਨੇ, ਆਪਣੇ ਮਕਾਨਾਂ ਦੀਆਂ ਸਾਰੇ ਲਾ ਕੇ ਲੈ ਗਏ ਹੋਏ ਸੀ, ਇੱਟਾਂ ਵੀ ਲੈ ਗਏ ਨੇ, ਚੱਕ ਕੇ ਸਭ ਕੁਝ ਲੈ ਗਏ, ਲੁੱਟ ਕੇ ਲੈ ਗਏ। ਕਿਦੋਂ ਛੱਡਦਾ ਹੁਣ ਮੈਂ ਇੱਥੇ ਹੋਣਾ ਤਾਂ ਤੁਸੀਂ ਚੱਕਣਾ ਹੀ ਹੈ ਮੈਨੂੰ, ਕਿਹੜਾ ਛੱਡਦਾ, ਕੋਈ ਨਹੀਂ ਛੱਡਦਾ। ਇਹ ਮਤਲਬ ਵੀ ਸਰਦਾਰ ਚਲੇ ਗਏ ਤੇ ਨਾਲ ਦੇ ਪਿੰਡਾਂ ਨੇ ਪਿੰਡ ਸਾਰਾ ਲੁੱਟ ਲਿਆ? ਹਾਂ, ਪਿੰਡਾਂ ਨੇ ਵਿੱਚ ਕਹਿ ਕੇ ਸਾਰਾ ਹੀ, ਜਿੰਨਾ ਸਮਾਨ, ਦਾਣੇ ਲਾ ਲਓ, ਪਸ਼ੂ ਲਾ ਲਓ, ਹਰ ਚੀਜ਼ ਲਾ ਲਓ। ਤੁਹਾਨੂੰ ਕੁਛ ਨਹੀਂ ਮਿਲਿਆ ਜੋ ਇੱਥੇ? ਨਾ ਨਾ, ਅਸੀਂ ਤਾਂ ਜੇ ਤਾਂ ਸਾਨੂੰ ਕੁਛ ਮਦਵਾ ਲਾ, ਜੇ ਅਸੀਂ ਉੱਥੋਂ ਕੁਛ ਘਰੋਂ ਉਹ ਚੱਕਿਆ ਹੋਵੇ, ਇੱਦਾਂ ਦੇ ਅਸੀਂ ਇੱਦਾਂ ਆਏ ਹਾਂ, ਇੱਦਾਂ ਹੀ ਆਏ ਹਾਂ ਅਸੀਂ, ਰਾਹ ਜਾਂਗੇ ਲੀੜੇ ਪਾਟੇ। ਘਰ ਤਾਂ ਇੱਦਾਂ ਦੇ ਹੀ ਸੀਗੇ, ਘਰਾਂ ਨੂੰ ਕੀ ਹੋਇਆ ਸੀ? ਕੁਛ ਨਹੀਂ ਹੋਇਆ ਸੀ, ਘਰ ਤਾਂ ਇੱਦਾਂ ਹੀ ਸੀਗੇ, ਪਹਿਲੇ ਜਿੱਦਾਂ ਵਾਰਦੇ ਸੀ ਉੱਦਾਂ ਵਾਰਦੇ, ਉੱਥੇ ਵੀ ਛੱਡ ਕੇ ਆਏ, ਇੱਥੇ ਵੀ ਕੁਛ ਨਹੀਂ ਮਿਲਿਆ, ਬਣਾਉਣੇ ਪਏ, ਹੁਣ ਤਾਂ ਹੀ ਬਣਾਈ ਜਾਂਦੇ ਆ ਲੋਕ। ਤੁਹਾਡੀ ਗੱਲ ਸਹੀ ਆ, 47 ਦੇ ਉਜਰੇ ਅੱਜ ਤੱਕ ਤਾਬੇ ਨਹੀਂ ਆਏ। ਹਾਂ, ਨਾ ਨਾ ਨਾ, ਫਿਰ ਜ਼ਮੀਨ ਨਹੀਂ ਪਈ, ਫਿਰ ਜ਼ਮੀਨ ਪਿੱਛੋਂ ਆਈ ਤਾਂ ਫਿਰ ਪਈ ਆ। ਜ਼ਮੀਨ ਪੂਰੀ ਮਿਲੀ ਕਿ ਥੋੜੀ ਮਿਲੀ? ਨਹੀਂ, ਨੰਬਰਾਂ 'ਚ ਪਈ ਗਏ, ਨੰਬਰਾਂ 'ਚ। ਤੇ ਕਿੰਨੇ? ਇੱਥੇ ਤਾਂ 85 ਨੰਬਰ ਹੈ ਲਾਲਾ। ਅੱਛਾ, ਜ਼ਮੀਨ ਆਪਣਾ ਇਹ ਭਾਰੀ ਜ਼ਮੀਨ ਆ, ਮਹਿੰਗੇ ਨੰਬਰ 85, ਇੱਥੇ 85 'ਚ ਮਿਲਦੀ ਆ। ਤੇ ਉੱਥੇ ਉਹਦੇ ਸੀਗੀ 25-26 'ਚ, 30-ਆਂ 'ਚ। ਅੱਛਾ ਅੱਛਾ, ਬੇਜ਼ਮੀ ਘੱਟ ਗਈ ਤੁਹਾਡੀ ਇੰਨੀ? ਹਾਂਜੀ। ਹੋਰ ਤੁਸੀਂ ਤੁਹਾਡੇ ਪਿੰਡ ਵਿੱਚ ਜਾਣ ਨੂੰ ਦਿਲ ਕਰਦਾ? ਪਿੰਡ ਨੂੰ? ਹਾਂਜੀ, ਜਾਣ ਨੂੰ ਤਾਂ ਦਿਲ ਕਰਦਾ, ਪਰ ਜਾਵੇ ਕਿੱਦਾਂ, ਪਤਾ ਤਾਂ ਲੱਗੇ ਵੀ ਇੱਦਾਂ ਚਲੇ ਜਾਓ। ਜਿੱਥੇ ਜਨਮ ਹੋਇਆ ਉਹਨਾਂ ਤੇ ਪਿਆਰ ਅੱਜ ਵੀ ਹੈਗਾ? ਜੀ ਤਾਂ ਕਰਦਾ ਹੈ, ਜਿਹੜਾ ਕੋਈ ਬੰਦਾ ਗਿਆ ਉਹ ਕਹਿੰਦਾ ਹੁਣ ਪਛਾਣ ਹੀ ਨਹੀਂ ਆਉਂਦਾ, ਪਿੰਡ ਪਛਾਣ ਕੀ ਨਹੀਂ ਆਉਂਦਾ। ਪਿੰਡ ਸਾਰੇ ਨਵੇਂ ਬਣ ਗਏ ਯਾਰ, ਰਾਹ ਪੱਕੇ ਹੋ ਗਏ ਆ, ਪੁਰਾਣੇ ਮਕਾਨ ਢਾਹ ਕੇ ਨਵੇਂ ਬਣਾ ਲਏ ਸਰਦਾਰਾਂ ਨੇ। ਅਭੀ ਇੱਥੇ ਵੀ ਇੱਦਾਂ ਹੀ ਆ। ਹਾਂਜੀ, ਤੁਸੀਂ ਸਾਰੇ ਭਿਰ ਕੇ ਦੇਖ ਲਓ ਜੀ, ਇੱਦਾਂ ਹੀ ਹੈ ਵੀ, ਤੁਹਾਡੀਆਂ ਡੇੜੀਆਂ ਸੀ ਇੱਥੇ ਬੈਠ ਕੇ ਬਣਾਈਆਂ, ਉਹ ਸਭ ਪੱਟ ਕੇ ਲੈ ਗਿਆ ਉਹ। ਹਾਂ, ਬੜੀ ਤਬਾਹੀ ਹੋਈ, ਬੜੀ ਬਰਬਾਦੀ ਹੋਈ। ਬਰਬਾਦੀ ਤਾਂ ਬੇਬਾਗ,
ਅੱਜ ਤੁਹਾਨੂੰ ਯਾਦਾਂ ਆਉਂਦੀਆਂ ਸੁਪਨਿਆਂ 'ਚ ਕਦੀ ਵੀ ਜੋ ਹੋਇਆ ਤੁਹਾਨੂੰ ਇੰਡੀਆ ਵਿੱਚ? ਸਾਨੂੰ ਸਾਰਾ ਪਤਾ ਲੱਲਾ ਜਿੱਦਾਂ ਹੋ ਗਿਆ ਉਹ ਬਹੁਤ ਕਦੀ ਕਦੀ ਸੁਪਨਿਆਂ 'ਚ ਖਾਬ 'ਚ ਆਈਆਂ ਗੱਲਾਂ ਇਹ ਕਈ ਵਾਰ ਆ ਗਏ ਹੁਣ ਹੁਣ ਹਟ ਗਏ ਨੇ ਹੁਣ ਹਟ ਗਏ ਦੋ ਚੌ ਸਾਲਾਂ ਦੇ ਪਹਿਲੇ ਤਾਂ ਰੋਜ਼ ਹੀ ਆਉਂਦੀਆਂ ਸੀ ਖਾਬਾਂ ਵੀ ਕੀ ਹੋਇਆ ਬੜਾ ਪਿੰਡ ਚੇਤੇ ਆਉਂਦਾ ਸੀ ਪਹਿਲਾਂ ਬੜਾ ਬੜਾ ਉੱਠਦੇ ਸੀਗੇ ਲੋਕ ਨੂਰਪੁਰ ਲੈ ਜਾ ਮੈਂ ਤੈਨੂੰ ਪਛਾਣ ਦੂੰਗਾ ਵੀ ਆਹ ਤੁਹਾਡਾ ਘਰ ਸੀ ਤੈਨੂੰ ਦੱਸ ਦੂੰਗੀ ਆਹ ਥਾਂ ਤੁਹਾਡੀ ਤੁਹਾਡੀ ਉਮਰ 30 ਸਾਲ ਦੀ ਸੀ ਹੁਣ ਤੁਹਾਡੀ 105 ਸਾਲ ਦੀ ਉਮਰ ਹੋਣੀ ਆ ਕਿੰਨੇ ਦਾ ਹਾਂਜੀ ਕਿੰਨੀ ਉਮਰ ਹੋ ਗਈ ਤੁਹਾਡੀ ਹੁਣ ਕੀ ਪਤਾ ਹੁਣ ਕਿੰਨੀ ਮੇਰੇ ਮੈਂ ਕਿਹੜਾ ਗਿਣਦਾ ਉਦੋਂ ਮੈਂ ਅੰਦਾਜ਼ਾ ਲਾਇਆ ਵੀ 30 ਕੁ ਸਾਲਾਂ ਦਾ ਸੀਗਾ ਮੇਰੀ ਬੱਚੀ ਰਾਹ 'ਚ ਮਰੀ ਹੈ ਵਿਆਹ ਉੱਧਰ ਹੋਇਆ ਤੇ ਇੱਥੇ ਆ ਕੇ ਕਿੰਨੇ ਬੱਚੇ ਹੋਏ ਇੱਥੇ ਆ ਕੇ 4-5 ਹੋਏ ਆ 4 ਅੱਛਾ ਜੀ ਉਹ ਸਹੀ ਸਲਾਮਤ ਹੈ ਜੀ ਉੱਥੇ ਇੱਕੋ ਹੀ ਹੋਇਆ ਸੀਗਾ ਬੱਚੀ ਤੇ ਇਹ ਲੜਾਈ ਝਗੜੇ ਦਾ ਫਾਇਦਾ ਤਾਂ ਕੋਈ ਨਹੀਂ ਹੋਇਆ ਨਹੀਂ ਅਸੀਂ ਤਾਂ ਨੱਠ ਕੇ ਬਚ ਗਏ ਜੇ ਲੁੱਕ ਬਚ ਗਏ ਜਿਹੜੇ ਲੁਕੇ ਬਚੇ ਉਹ ਹੀ ਆ ਜਿਹੜਾ ਨਜ਼ਰ ਆਇਆ ਉਹਦਾ ਤੁਸੀਂ ਮਾਰ ਦਿੱਤਾ ਉਹਦੀ ਆਪਣੇ ਦੋਨੇ ਪਾਸੇ ਹੋਇਆ ਇੱਕੋ ਜਿਹਾ ਕੰਮ ਹੋਇਆ ਇੱਧਰ ਵੀ ਮਰੇ ਉੱਧਰ ਵੀ ਮਰੇ ਦੋ ਬੰਨੀ ਹੋਏ ਹੋਇਆ ਤਾਂ ਬਹੁਤ ਮਾੜਾ ਕੰਮ ਹਾਂਜੀ ਆਪਣੇ ਆਈ ਤੇ ਬੱਚੇ ਸਨ ਪਤਾ ਨਹੀਂ ਕੀ ਹੋਇਆ ਅਸੀਂ ਹੁਣ ਤੁਹਾਡੇ ਨਾਲ ਗੱਲਾਂ ਕਰਨ ਤਾਂ ਆਏ ਹਾਂ ਵੀ ਜੋ ਹੋਇਆ ਮਾੜਾ ਹੋਇਆ ਚਾਹੁੰਦਾ ਕੋਈ ਨਹੀਂ ਸੀ ਪੰਜਾਬ ਨੂੰ ਵੱਢਿਆ ਗਿਆ ਨਹੀਂ ਮਾੜਾ ਤਾਂ ਨਹੀਂ ਹੋਇਆ ਹੋਇਆ ਤਾਂ ਚੰਗਾ ਸੀਗਾ ਪਰ ਸਾਹਮਣੇ ਨਹੀਂ ਗਿਆ ਕਿਸੇ ਕੋ ਸਾਹਮਣੇ ਨਹੀਂ ਗਿਆ ਹੋਇਆ ਤਾਂ ਚੰਗਾ ਆ ਜੇ ਪਿਆਰ ਮੁਹੱਬਤ ਨਾਲ ਵੱਖਰੇ ਹੋ ਜਾਂਦੇ ਤੇ ਵੱਢ ਵੜਾਂਗਾ ਨਹੀਂ ਸੀ ਹੁਣ ਪਿਆਰ ਤਾਂ ਇੰਨਾ ਸੀਗਾ ਵੀ ਸਾਫ਼ ਵੀ ਨਹੀਂ ਕਰ ਸਕਦਾ ਵੀ ਸਿੱਖ ਵੱਖ ਖਤਰੀ ਆ ਮੁਸਲਮਾਨ ਹੈ ਤੁਹਾਡੀ ਜਾਤ ਕਿਹੜੀ ਆ ਨੂਰਪੁਰ ਪਿੰਡ ਜਿਹੜਾ ਆਪਣੇ ਮੈਂ ਲੱਭੂਗਾ ਪਿੰਡ ਨੂਰਪੁਰ ਦੇ ਨਾਲ ਸੀਗਾ ਨਾ ਓਦਾਂ ਅੱਛਾ ਜੀ ਤੁਹਾਡਾ ਬਜ਼ੁਰਗ ਬਹੁਤ ਬਹੁਤ ਧੰਨਵਾਦ ਸਾਨੂੰ ਟਾਈਮ ਦਿੱਤਾ ਬੜੀ ਤੁਹਾਡੇ ਨਾਲ ਗੱਲਬਾਤ ਕਰਕੇ ਬੜੀ ਖੁਸ਼ੀ ਹੋਈ ਆ ਤੇ ਜਿਹੜੀ ਦਿੱਤਾ ਸਾਨੂੰ ਆਪਣੇ ਦੱਸਿਆ ਕੀ ਬੀਤੀਆਂ ਅਸੀਂ ਉਹ ਲੋਕਾਂ ਨਾਲ ਸ਼ੇਅਰ ਕਰਾਂਗੇ ਲੋਕਾਂ ਨੂੰ ਦੱਸਾਂਗੇ ਵੀ ਏਦਾਂ ਬਜ਼ੁਰਗਾਂ ਨਾਲ ਹੋਇਆ ਆਹ ਹਾਲਾਤ ਹੋਏ ਆ ਤੇ ਤੁਹਾਡੇ ਪਿੰਡ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਾ ਕੇ ਤੁਹਾਨੂੰ ਭੇਜਾਂਗੇ ਡਾਕਟਰ ਸਾਹਿਬ ਦੇ ਮੁੰਡੇ ਨੂੰ ਭੇਜਾਂਗੇ ਉਹ ਤੁਹਾਨੂੰ ਤੁਹਾਡਾ ਪਿੰਡ ਦਿਖਾਊਗਾ ਮੈਂ ਲੱਭ ਲੈਣਾ ਜੀ ਹਾਂਜੀ ਤੁਹਾਡੀਆਂ ਮਸਜਿਦਾਂ ਅੱਜ ਉਦੇ ਖੜੀਆਂ ਮਸਜਿਦਾਂ ਉਦੇ ਖੜੀਆਂ ਜੀ ਜਲੰਧਰ ਤੋਂ ਆ ਜਿਹੜਾ ਮੇਰਾ ਜ਼ਿਲ੍ਹਾ ਜਲੰਧਰ ਆ ਮੈਂ ਰਹਿਣਾ ਅਮਰੀਕਾ ਗਿਆ ਮਜਿੰਦਰੋਂ ਆਇਆ ਹੁਣ ਧੋੜੀ ਸੀ ਬੜਾ ਪਿੰਡ ਸਾਡੇ ਲਾਗੇ ਧੋੜੀ ਸਾਰਾ ਮੁਸਲਮਾਨ ਅਸੀਂ ਆਪਣੇ ਜਲੰਧਰ ਤੋਂ ਪਠਾਨਕੋਟ ਵੱਲ ਨੂੰ ਸਾਡਾ ਪਿੰਡ ਆ ਹਾਂਜੀ ਇਹ ਦੇਖੋ ਜੀ ਇੱਥੇ ਜਲੰਧਰ ਇੱਥੇ ਆ ਹਾਂਜੀ ਕਪੂਰਥਲਾ ਹਾਂ ਕਪੂਰਥਲਾ ਇੱਧਰ ਨੂੰ ਆ ਪਠਾਨਕੋਟ ਇੱਧਰ ਨੂੰ ਆ ਤੇ ਨਾਪਰਾ ਹੁਸ਼ਿਆਰਪੁਰ ਆ ਸਹੀ ਆ ਸੁਲਤਾਨਪੁਰ ਤੁਹਾਡੇ ਲਾਗੇ ਹੀ ਆ ਲਾਗੇ ਬਿਲਕੁਲ ਹਾਂਜੀ ਮੈਨੂੰ ਪਤਾ ਸਾਰੇ ਇਲਾਕੇ ਦਾ ਹਾਂਜੀ ਸੁਲਤਾਨਪੁਰ ਮੈਂ ਦੇਖਿਆ ਹਾਂਜੀ ਹਾਂਜੀ ਜਿਹੜੇ ਦੇਖੇ ਉਹਦਾ ਦੱਸਾਂਗੇ ਜਿਹੜੇ ਨਹੀਂ ਦੇਖੇ ਬਜ਼ੁਰਗਾਂ ਨੇ ਸਾਨੂੰ ਟਾਈਮ ਦਿੱਤਾ ਗੱਲਬਾਤ ਕੀਤੀ ਆ ਇਹਨਾਂ ਦੇ ਪਿੰਡ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਾਵਾਂਗੇ ਇਹਨਾਂ ਨੂੰ ਮਨ ਨੂੰ ਸ਼ਾਂਤੀ ਆਊਗੀ ਅੱਜ ਵੀ ਆਪਣੇ ਪਿੰਡ ਜਾਣਾ ਚਾਹੁੰਦੇ ਆ ਅਤੇ ਅਸੀਂ ਚਾਹੁੰਦੇ ਹਾਂ ਵੀ ਦੋਨੇ ਸਰਕਾਰਾਂ ਬਜ਼ੁਰਗਾਂ ਨੂੰ ਇੱਕ ਵਾਰੀ ਉੱਧਰੋਂ ਉੱਧਰੀ ਆਉਣ ਜਾਣ ਦੇਣ ਅਤੇ ਆਪਣੇ ਪਿੰਡ ਆਖਰੀ ਸਾਹ ਆਪਣੇ ਪਿੰਡ ਦੇਖ ਕੇ ਇਹ
ਇਸ ਦੁਨੀਆ ਤੋਂ ਜਾਣ, ਰੱਬ ਰਾਖਾ ਦੋਨਾਂ ਮੁਲਕਾਂ ਵਾਲਿਆਂ ਨੂੰ ਪੇ ਇੱਕ ਵਾਰ ਪੀ ਲਿਆ, ਇਹਨਾਂ ਬਜ਼ੁਰਗਾਂ ਨੂੰ ਉੱਧਰ ਆਉਣ ਜਾਣ ਦੇਣ।